ਅਗਰ ਮੈਂ ਸਹੀ ਗੱਲ ਕਰਾਂ ਤਾਂ ਦੇਖੋ, ਬੁਕਿੰਗ ਤੋਂ ਲੈ ਕੇ ਉਸਦੀ ਡਿਲੀਵਰੀ ਤੱਕ ਭਾਰਤ ਸਰਕਾਰ ਡਾਕ ਪਰਿਵਾਰ ਨੇ ਉਸਦੇ ਪ੍ਰਬੰਧ ਕੀਤੇ ਹੁੰਦੇ ਹਨ। ਤੁਸੀਂ ਨੀਚੇ ਦੇਖੋਗੇ ਮੇਰੇ ਕੋਲ ਦੋ ਤਰ੍ਹਾਂ ਦੇ ਇਨਵੈਲਪ ਅਤੇ ਇੱਕ ਬਾਕਸ ਪਿਆ ਹੋਇਆ ਹੈ। ਇਹਨਾਂ ਦੇ ਇਨਵੈਲਪਸ ਦੇ ਵਿੱਚ ਇੱਕ ਖਾਸੀਅਤ ਹੈ ਕਿ ਵਾਟਰਪਰੂਫ ਹਨ। ਇਹਨਾਂ ਉੱਪਰ ਛੋਟਾ ਮੋਟਾ ਪਾਣੀ ਦਾ ਜਿਹੜਾ ਹੈ ਜਾਂ ਕਿਸੇ ਪ੍ਰਕਾਰ ਦੀ ਥੰਦਾਈ ਦਾ ਹੈ ਉਹ ਅਸਰ ਨਹੀਂ ਹੁੰਦਾ। ਨਾ ਕੇਵਲ ਭਾਰਤ ਦੇ ਵਿੱਚ ਡੋਮੈਸਟਿਕ, ਸਗੋਂ ਕਿ ਹਰ ਦੇਸ਼ ਦੇ ਵਿਚਕਾਰ ਭੇਜਣ ਦੀ ਵਿਵਸਥਾ ਡਾਕ ਪਰਿਵਾਰ ਦੇ ਕੋਲ ਹੈ। ਇਸੇ ਤਰ੍ਹਾਂ ਅਗਰ ਕੁਛ ਨਾਲ ਗਿਫਟ ਛੋਟਾ ਮੋਟਾ ਭੇਜਣਾ ਚਾਹੁੰਦੇ ਹਾਂ ਤਾਂ ਉਸ ਲਈ ਬਾਕਸ ਵੀ ਤਿਆਰ ਕੀਤਾ ਗਿਆ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਅਤੇ ਮੈਂ ਅਮਰਵੀਰ। 19 ਤਰੀਕ ਨੂੰ ਰੱਖੜੀ ਦਾ ਜਿਹੜਾ ਤਿਉਹਾਰ ਆ ਰਿਹਾ ਹੈ ਅਤੇ ਇਹ ਭੈਣਾਂ ਅਤੇ ਭਰਾਵਾਂ ਦਾ ਤਿਉਹਾਰ ਹੈ। ਇਹ ਭੈਣਾਂ ਵਾਸਤੇ ਬਹੁਤ ਵੱਡਾ ਤਿਉਹਾਰ ਹੁੰਦਾ ਕਿਉਂਕਿ ਉਹ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਪਾਉਂਦੀਆਂ ਨੇ। ਅਤੇ ਇਸੇ ਨੂੰ ਚੱਲਦੇ ਹੋਏ ਇੰਡੀਆ ਪੋਸਟ ਨੇ ਜਿਹੜਾ ਕਿ ਨਵੇਂ ਇਨਵੈਲਪ ਲਾਂਚ ਕੀਤੇ ਨੇ ਜਿਹੜੇ ਕਿ ਵਾਟਰਪਰੂਫ ਨੇ। ਆਓ ਆਪਾਂ ਜਿਹੜੇ ਇੱਥੋਂ ਦੇ ਸੀਨੀਅਰ ਪੋਸਟ ਮਾਸਟਰ ਨੇ ਮਿਸਟਰ ਹਰਜੀਤ ਸਿੰਘ ਜੀ, ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਵਾਲੇ ਪੁੱਛਦੇ ਹਾਂ ਵੀ ਜਿਹੜੇ ਇਨਵੈਲਪ ਲਾਂਚ ਕੀਤੇ ਗਏ ਨੇ ਇਹਨਾਂ ਦਾ ਪ੍ਰਾਈਜ਼ ਕੀ ਹੈ ਅਤੇ ਇਹਨਾਂ ਦੀ ਜਿਹੜੀ ਖਾਸੀਅਤ ਕੀ ਹੈ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤੋਂ ਮੈਂ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਸਾਡੇ ਤੱਕ ਅਪਰੋਚ ਕੀਤੀ। ਜੋ ਡਾਕ ਪਰਿਵਾਰ ਹੈ ਸਾਡਾ, ਭਾਰਤ ਸਰਕਾਰ ਦਾ ਅਦਾਰਾ ਹੈ। ਸਾਡਾ ਦੇਸ਼ ਜੋ ਭਾਰਤ ਦੇਸ਼ ਹੈ ਇਹ ਵਿਭਿੰਨਤਾਵਾਂ ਦਾ ਦੇਸ਼ ਹੈ। ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ, ਇਹਨਾਂ ਦੇ ਵਿੱਚੋਂ ਇੱਕ ਪਵਿੱਤਰ ਤਿਉਹਾਰ ਹੈ ਰੱਖੜੀ ਦਾ। ਜਿਸ ਤਰ੍ਹਾਂ ਤੁਸੀਂ ਖੁਦ ਹੀ ਦੱਸਿਆ ਹੈ ਕਿ ਇਸ ਦਿਨ ਦੇ ਵਿਚਕਾਰ ਸਾਡੀਆਂ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਬੰਨ੍ਹਦੀਆਂ ਹਨ। ਉਸ ਰੱਖੜੀ ਬੰਨ੍ਹਣ ਦੇ ਇਵਜ਼ ਦੇ ਵਿੱਚ ਭਰਾ ਉਹਨਾਂ ਦੀ ਸੇਫਟੀ, ਸਿਕਿਉਰਿਟੀ, ਉਹਨਾਂ ਦੇ ਸਭ ਭਰੋਸਾ ਦਿੰਦੇ ਹਨ। ਇਹ ਬਹੁਤ ਵੱਡੀ ਗੱਲ ਹੈ। ਭੈਣਾਂ ਦਾ ਪਿਆਰ ਭਰਾਵਾਂ ਤੱਕ ਸਹੀ ਸਲਾਮਤ ਡੇਟ ਤੋਂ ਪਹਿਲਾਂ ਔਰ ਡਿਲੀਵਰੀ ਪ੍ਰੋਪਰ ਹੋ ਜਾਵੇ, ਇਸ ਦੇ ਇਵਜ ਦੇ ਵਿਚਕਾਰ ਡਾਕ ਪਰਿਵਾਰ ਨੇ ਬਹੁਤ ਸਾਰੇ ਪ੍ਰਬੰਧ ਕੀਤੇ ਹਨ। ਅਗਰ ਮੈਂ ਸਹੀ ਗੱਲ ਕਰਾਂ ਤਾਂ ਦੇਖੋ, ਬੁਕਿੰਗ ਤੋਂ ਲੈ ਕੇ ਉਸਦੀ ਡਿਲੀਵਰੀ ਤੱਕ ਭਾਰਤ ਸਰਕਾਰ ਡਾਕ ਪਰਿਵਾਰ ਨੇ ਉਸਦੇ ਪ੍ਰਬੰਧ ਕੀਤੇ ਹੁੰਦੇ ਹਨ। ਤੁਸੀਂ ਨੀਚੇ ਦੇਖੋਗੇ ਮੇਰੇ ਕੋਲ ਦੋ ਤਰ੍ਹਾਂ ਦੇ ਇਨਵੈਲਪ ਅਤੇ ਇੱਕ ਬਾਕਸ ਪਿਆ ਹੋਇਆ ਹੈ। ਜੋ ਇਨਵੈਲਪ ਹੈ ਇੱਕ ਛੋਟਾ ਇਨਵੈਲਪ ਹੈ, ਇੱਕ ਸਾਈਜ਼ ਦੇ ਵਿੱਚ ਥੋੜ੍ਹਾ ਜਿਹਾ ਬੜਾ ਇਨਵੈਲਪ ਹੈ। ਇਹ ਉਸਦੇ ਰੱਖੜੀ ਦੇ ਜੋ ਭੇਜਣਾ ਚਾਹੁੰਦੀਆਂ ਹਨ ਭੈਣਾਂ ਆਪਣੇ ਪਿਆਰ ਨੂੰ, ਉਸਦੇ ਜੋ ਉਸਦਾ ਸਾਈਜ਼ ਹੈ ਉਸਦੇ ਅਕੋਰਡਿੰਗ ਉਹ ਇਨਵੈਲਪ ਨੂੰ ਸਿਲੈਕਟ ਕਰ ਸਕਦੀਆਂ ਹਨ। ਇਸੇ ਤਰ੍ਹਾਂ ਅਗਰ ਕੁਛ ਨਾਲ ਗਿਫਟ ਛੋਟਾ ਮੋਟਾ ਭੇਜਣਾ ਚਾਹੁੰਦੇ ਹਾਂ ਤਾਂ ਉਸ ਲਈ ਬਾਕਸ ਵੀ ਤਿਆਰ ਕੀਤਾ ਗਿਆ ਹੈ। ਜਿੱਥੋਂ ਤੱਕ ਇਹਨਾਂ ਦੀ ਕੀਮਤ ਦਾ ਸੰਬੰਧ ਹੋਏਗਾ ਤਾਂ ਇਹ ਛੋਟਾ ਇਨਵੈਲਪ ਜਿਹੜਾ ਹੈ ਉਹ 15 ਰੁਪਏ ਦਾ ਹੈ, ਬੜਾ 20 ਰੁਪਏ ਦਾ ਹੈ ਔਰ ਬਾਕਸ 50 ਰੁਪਏ ਕੋਸਟ ਕਰੇਗੀ। ਇਹਨਾਂ ਦੇ ਇਨਵੈਲਪਸ ਦੇ ਵਿੱਚ ਇੱਕ ਖਾਸੀਅਤ ਹੈ ਕਿ ਵਾਟਰਪਰੂਫ ਹਨ। ਇਹਨਾਂ ਉੱਪਰ ਛੋਟਾ ਮੋਟਾ ਪਾਣੀ ਦਾ ਜਿਹੜਾ ਹੈ ਜਾਂ ਕਿਸੇ ਪ੍ਰਕਾਰ ਦੀ ਥੰਦਾਈ ਦਾ ਹੈ ਉਹ ਅਸਰ ਨਹੀਂ ਹੁੰਦਾ। ਔਰ ਇਸ ਵਿੱਚ ਪਾਇਆ ਹੋਏ ਕੰਟੈਂਟਸ, ਜੋ ਰੱਖੜੀ ਹੈ, ਧਾਗਾ ਹੈ ਜਾਂ ਜੋ ਵੀ ਭੈਣ ਦਾ ਪਿਆਰ ਹੈ ਉਹ ਬਿਲਕੁਲ ਸੇਫ ਰਹਿੰਦਾ ਹੈ, ਉਸਨੂੰ ਕਿਸੇ ਪ੍ਰਕਾਰ ਦੀ ਖਰਾਬੀ ਨਹੀਂ ਹੁੰਦੀ ਹੈ। ਅਤੇ ਸਰ, ਸਾਡੀ ਆਡੀਅੰਸ ਨੂੰ ਇੱਕ ਇਹ ਵੀ ਦੱਸ ਦਿਓ ਵੀ ਕਿ ਜਿਹੜੇ ਪ੍ਰਾਈਜ਼ ਨੇ ਇਹ ਜਿਹੜੇ ਪੋਸਟਲ ਜਿਹੜਾ ਚਾਰਜਸ ਹੁੰਦੇ ਇੰਕਲੂਡ ਹੈ ਕਿ ਐਕਸਕਲੂਡ ਹੋ ਗਏ? ਸੋ ਜੀ, ਬਹੁਤ ਹੀ ਵੱਡੀ ਗੱਲ ਹੈ। ਜੋ ਇਹ ਕੋਸਟ ਇਸਦੀ ਮੈਂ ਦੱਸੀ ਹੈ 15 ਰੁਪਏ, 20 ਰੁਪਏ ਜਾਂ 50 ਰੁਪਏ, ਇਹ ਕੋਸਟ ਇਹਨਾਂ ਦੇ ਇਨਵੈਲਪ ਦੀ, ਲਿਫਾਫੇ ਦੀ ਕਹਿ ਸਕਦੇ ਹੋ ਅਤੇ ਬਾਕਸ ਦੀ ਹੈ। ਜੇ ਤੁਸੀਂ ਇਸ ਨੂੰ ਰਜਿਸਟਰੀ ਕਰਾਉਣਾ ਚਾਹੁੰਦੇ ਹੋ, ਸਪੀਡ ਪੋਸਟ ਕਰਵਾਉਣਾ ਚਾਹੁੰਦੇ ਹੋ, ਵਿਦੇਸ਼ ਵਿੱਚ ਭੇਜਣਾ ਚਾਹੁੰਦੇ ਹੋ, ਜੋ ਵੀ ਭਾਰਤ ਸਰਕਾਰ ਦੇ ਰਜਿਸਟਰਡ ਦੇ ਚਾਰਜਿਸ ਹੋਣਗੇ, ਸਪੀਡ ਪੋਸਟ ਦੇ ਚਾਰਜਿਸ ਹੋਣਗੇ ਜਾਂ ਵਿਦੇਸ਼ ਦੇ ਵਿੱਚ ਫੋਰਨ ਆਰਟੀਕਲ ਭੇਜਣ ਦੇ ਚਾਰਜਿਸ ਹੋਣਗੇ, ਉਹ ਅਲੱਗ ਲੱਗਣਗੇ।
ਜਿਸ ਤੁਸੀਂ ਦੱਸ ਰਹੇ ਹੋ ਵਿਦੇਸ਼ ਭੇਜਣ ਦੇ ਮਤਲਬ ਆਪਣੇ ਕੋਲ ਜਿਹੜੀ ਕੀ ਹੈ ਰੱਖੜੀ ਜਿਹੜੀ ਸੈਂਡ ਕਰਨ ਦੀ ਜਿਹੜੀ ਆਪਣੀ ਵਿਵਸਥਾ ਹੈਗੀ ਆ ਵਿਦੇਸ਼ ਤੱਕ ਦੀ ਵੀ ਹੈਗੀ ਹੈ ਨਾ ਜੀ। ਹਾਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਨਾ ਕੇਵਲ ਭਾਰਤ ਦੇ ਵਿੱਚ ਡੋਮੈਸਟਿਕ ਸਗੋਂ ਕਿ ਹਰ ਦੇਸ਼ ਦੇ ਵਿਚਕਾਰ ਭੇਜਣ ਦੀ ਵਿਵਸਥਾ ਡਾਕ ਪਰਿਵਾਰ ਦੇ ਕੋਲ ਹੈ। ਸਾਡੇ ਕੋਲ ਇੱਕ ਲੁਧਿਆਣੇ ਵਿੱਚ ਹੋਰ ਵੀ ਫੈਸਿਲਿਟੀ ਅਵੇਲੇਬਲ ਹੈ ਕਿ ਲੁਧਿਆਣੇ ਦੇ ਵਿਚਕਾਰ ਸਾਡੇ ਕੋਲ ਕਸਟਮ ਕਲੀਅਰੈਂਸ ਵੀ ਹੈ। ਕਸਟਮ ਵਿਭਾਗ ਦੇ ਦੋ ਆਫਿਸਰ ਸਾਡੇ ਕੋਲ ਬੈਠਦੇ ਹਨ ਡੇਲੀ ਆ ਕੇ, ਉਹ ਜੋ ਵੀ ਇਸਦੇ ਕੰਟੈਂਟਸ ਵਿਦੇਸ਼ਾਂ ਨੂੰ ਜਾਣ ਵਾਲੀਆਂ ਚੀਜ਼ਾਂ ਨੂੰ ਚੈੱਕ ਕਰਦੇ ਹਨ ਤਾਂ ਕੇਵਲ ਉਨ੍ਹਾਂ ਹੀ ਚੀਜ਼ਾਂ ਨੂੰ ਅਲਾਓ ਕਰਦੇ ਹਨ ਜਿਨ੍ਹਾਂ ਚੀਜ਼ਾਂ ਦੇ ਭੇਜਿਆ ਜਾ ਸਕਦਾ ਹੈ। ਔਰ ਇਹ ਬਹੁਤ ਵੱਡੀ ਫੈਸਿਲਿਟੀ ਹੈ ਜਿਸ ਦਾ ਫਾਇਦਾ ਜਿਹੜਾ ਹੈ ਲੁਧਿਆਣੇ ਵਾਸੀ ਲੈ ਸਕਦੇ ਹਨ। ਸਰ ਜਿਹੜੇ ਇਨਵੈਲਪ ਨੇ ਇਹ ਸਿਰਫ ਆਪਣੇ ਇਸੇ ਆਫਿਸ ਤੋਂ ਮਿਲਣਗੀਆਂ ਕਿਤੋਂ ਵੀ ਮਿਲ ਸਕਦੇ ਆ ਜੀ? ਨਹੀਂ ਸਰ, ਇਹ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਜੋ ਡਾਕ ਪਰਿਵਾਰ ਹੈ ਇਹ ਸੈਂਟਰਲ ਗਵਰਨਮੈਂਟ ਦਾ ਅਦਾਰਾ ਹੈ, ਤਾਂ ਇਹ ਜਿਹੜੇ ਇਨਵੈਲਪਸ ਅਤੇ ਬੋਕਸਿਸ ਹਨ ਉਹ ਕਿਸੇ ਵੀ ਛੋਟੇ ਬੜੇ ਹਰ ਡਾਕਘਰ ਦੇ ਵਿੱਚ ਅਵੇਲੇਬਲ ਹੋਣਗੇ। ਥੈਂਕ ਯੂ ਸਰ। ਥੈਂਕ ਯੂ। ਤਾਂ ਜਿਵੇਂ ਕਿ ਤੁਸੀਂ ਸਰ ਤੋਂ ਸੁਣ ਹੀ ਲਿਆ ਕਿ ਜਿਹੜੇ ਇਨਵੈਲਪ ਨੇ ਦੋ ਤਰ੍ਹਾਂ ਦੇ ਇਨਵੈਲਪ ਹੈ ਅਤੇ ਇੱਕ ਬੋਕਸ ਹੈ ਜਿਹਦੇ ਵਿੱਚ ਤੁਸੀਂ ਆਪਣੀ ਜਿਹੜੀ ਰੱਖੜੀ ਆਪਣਾ ਪਿਆਰ ਹੈ ਜਿਹਨੂੰ ਕਹਿੰਦੇ ਹੋ ਭੈਣਾਂ ਦਾ ਪਿਆਰ ਆਪਣੇ ਭਰਾ ਤੱਕ ਬਹੁਤ ਸੇਫਲੀ ਪਹੁੰਚਦਾ ਕਰ ਸਕਦੇ ਹੋ ਇੰਡੀਆ ਪੋਸਟ ਦੇ ਰਾਹੀਂ। ਅਤੇ ਇੱਦਾਂ ਹੀ ਤੁਹਾਨੂੰ ਖਬਰਾਂ ਹੋਰ ਵੀ ਅਸੀਂ ਲੈ ਕੇ ਆਉਂਦੇ ਰਹਾਂਗੇ ਅਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਦ ਸਿਟੀ ਹੈਡਲਾਈਨਸ। ਕੈਮਰਾਮੈਨ ਵਿਪਨ ਬਸੀ ਦੇ ਨਾਲ ਮੈਂ ਅੰਬਰਵੀਰ ਦ ਸਿਟੀ ਹੈਡਲਾਈਨਸ ਲੁਧਿਆਣਾ ਤੋਂ। ਥੈਂਕ ਯੂ।